ਸਸਕਾ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਨੰਗਲੀ, ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ। ਅਤੇ ਵੀਰ ਅੱਗੇ ਵੀਡੀਓ ਬਣਾਈ ਸੀ, ਚਲੋ ਉਦੋਂ ਗਾਵਾਂ ਸੀ, ਅੱਜ ਵੀਰ ਉਹਨਾਂ ਨੇ ਮੱਝਾਂ ਲੈ ਕੇ ਨੇ ਸਾਰੇ ਰਾਜਸਥਾਨ ਦੀਆਂ ਚੰਗੀਆਂ ਮੱਝੀਆਂ, ਚੰਗੇ ਦੁਧਾਰੂ ਪਸ਼ੂ ਹੈ ਜੀ। ਅਤੇ ਹੈ ਵੀ ਕੋਈ 10-11 ਲਗਭਗ ਪਸ਼ੂ ਸੇਲ ਆ ਬਾਈਆਂ ਕੋਲ ਜੀ। ਅਤੇ ਆਓ ਹੁਣ ਬਾਈ ਜੀ ਨੇ ਗੱਲਬਾਤ ਕਰੀਏ, ਇਹਨਾਂ ਪ੍ਰਾਈਜ਼ ਕੀ ਆ, ਕੀ ਮਿਲਕ ਰਕੌੜਾ। ਉਸ ਤੋਂ ਪਹਿਲਾਂ ਵੀਰ ਜੀ, ਰਿਕੈਸਟ ਵੱਲੋਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸਲੀ ਖਰੀਦੋ। ਵਾਰ ਵਾਰ ਵੀਰ ਜੀ ਇਹੀ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰਿਆ ਕਰੋ, ਨਾਲੇ ਵੀਡੀਓ ਬਾਤ ਅੱਛੀ ਕਰਦਿਆ ਕਰੋ। ਚਲੋ ਗਾਹ ਨੂੰ ਕਿਵੀ ਦਾ ਫਾਇਦਾ ਹੋ ਸਕੇ, ਹੁਣ ਆਪਾਂ ਬਾਈ ਜੀ ਹੁਣਾਂ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਦੀਪ ਵੀਰ। ਹੋਰ ਬਾਈ ਜੀ ਕਿੱਦਾਂ? ਵਧੀਆ ਵਧੀਆ। ਤੁਸੀਂ ਕਿਵੇਂ ਰਹੇ ਫਿਰ? ਵੇਖੀਆਂ ਗਾਵਾਂ? ਹਾਂਜੀ ਗਾਵਾਂ ਵੇਖੀਆਂ। ਚਲੋ ਸਾਰੀ ਵੇਖੀਆਂ ਜੀ? ਸਾਰੀਆਂ ਸਾਰੀਆਂ। ਦੂਰ ਹੀ ਗਈਆਂ? ਦੂਰ ਹੀ ਗਈਆਂ, ਸਾਡੇ ਏਰੀਆ 'ਚ ਗਈਆਂ। ਚਲੋ ਉੱਧਰ ਹੀ ਗਈਆਂ ਨਾ? ਹਾਂਜੀ। ਅੱਜ ਫਿਰ ਮੱਝਾਂ ਲੈ ਆਂਦੇ ਜੀ? ਅੱਜ ਮੱਝਾਂ ਜੀ 8 ਉਧਰ ਹੀ ਆਈਆਂ ਸਾਰੀਆਂ। ਹਾਂਜੀ, ਇਹ ਰਾਸਤਾ ਦੀਆਂ ਮਹੀਆਂ ਸਾਰੀਆਂ, ਸਾਰੀ ਰਾਸਤਾ ਦੀ। ਕਿਹੜੇ ਇਲਾਕੇ ਦੇ ਜੀ? ਇਹ ਹੈਗੇ ਜੀ ਗੁੱਗਾ ਮੰਡੀ ਤੋਂ। ਅੱਛਾ, ਗੁੱਗਾ ਮੰਡੀ ਤੋਂ। ਬੜੀ ਵਾਟ ਨਿਕਲ ਜੇ। ਚੰਗੀਆਂ ਮੱਝਾਂ ਲੈ ਕੇ ਆਂਦੇ ਜੀ? ਹਾਂਜੀ ਜੀ, ਕੁਛ ਵਿਜੇ ਨਗਰ ਦੀਆਂ ਪਿੱਛੇ। ਹਾਂਜੀ, ਤੇ ਕੁਛ ਗੁੱਗਾ ਮੰਡੀ ਤੋਂ। ਗੁੱਗਾ ਮੰਡੀ, ਠੀਕ। ਕਰੀ ਸ਼ੁਰੂ ਜੀ ਫਿਰ, ਦੱਸੋ ਜੀ ਫਿਰ। ਇਹ ਸੂਆ ਜੀ? ਇਹ ਸੂਆ ਸੂਈ ਆ ਤੀਜਾ। ਹਾਂਜੀ, ਖੋਲੀ ਪਤਾ ਹੈਗੀ ਜੀ? ਲਓ ਜੀ ਦੇਖੋ, 22 ਕਿਲੋ ਦੀ ਮੱਝ ਆ। ਦੇਖੋ ਦੇਖੋ, ਬਿਲਕੁਲ ਜੈੱਡ ਬਲੈਕ ਨਾਲੇ ਸੋਹਣੀ ਝੋਟੀ ਸਾਰੀਆਂ ਗੁੱਗਾ ਮੜੀ ਵੀ ਆ। ਆਹ ਦੇਖੋ ਰਾਸਤਾ ਨੇ। ਬਾਈ ਜੀ ਕਿੰਨਾ ਸਫ਼ਰ ਬਣ ਜਾਂਦਾ ਫਿਰ ਜੀ ਇੱਥੋਂ? ਬਹੁਤ ਵਾਟ ਬਣ ਗਈ ਹੈ ਨਾ? ਚੰਗਾ ਲੇਵਾ ਲੋਆ, ਬਹੁਤ ਸੋਹਣਾ ਲੇਵਾ। ਆ ਜਾਓ, ਚੁਆ ਚੂ ਵਧੀਆ ਬਾਈ ਜੀ, ਬਿਲਕੁਲ ਠੀਕ ਆ, ਠੀਕ ਆ, ਬੰਨੋ ਜੀ। ਹਾਂਜੀ ਬੋਲੋ ਜੀ। ਸੰਦੀਪ ਜੀ ਇਹਦਾ ਮੁੱਲ ਤੇ ਭਾਵੇਂ ਦੋ ਕਰ ਲਓ। ਹਾਂਜੀ, 170 ਸੀ ਦੀ ਵਿਕਦੀ ਮੱਝ। ਹਾਂਜੀ, ਹੁਣ ਆਪਾਂ ਮੁੱਲ ਜ਼ਿਆਦਾ ਨਹੀਂ ਕਰਨਾ, ਆਪਾਂ ਮੁੱਲ ਕਰਨਾ ਵਾ ਜੈ ਜੀ 135, ਠੀਕ ਆ, 125 ਦੀ ਦੇ ਦਾਂਗੇ, 125 ਦੀ। ਹਾਂਜੀ, ਹੋਰ ਕਰ ਦੂਗਾ ਮਾਨ ਦਾਣਾ, 2000 ਕਰ ਦਾਂਗੇ ਫਿਰ। 5 ਹੀ ਕਰ ਦੋ, 120 ਜਰਾ 20 ਦੀ ਦੇ ਦਾਂਗੇ। ਹਾਂ ਨਾ ਛੋੜ, ਚਲੋ ਮੈਂ ਠੀਕ ਆ, ਠੀਕ ਆ ਜੀ। ਤੇ ਆਹਾ ਜੀ, ਪਹਿਲਾ ਸੂਆ, ਠੀਕ ਆ, ਇਹ ਸੂਈ ਆ, ਇਹ ਵੀ ਕੱਲ ਦੀ ਸੂਈ ਸੀ। 11 ਕਿਲੋ ਅੱਛਾ, ਲੋ ਜੀ ਦੇਖੋ 11 ਕਿਲੋ ਬੋਲਾ ਜੀ, ਨੀਲੀ ਬਿਲਕੁਲ। ਆਹ ਦੇਖੋ ਜੀ, ਧੋਰੋ ਇਹਨੂੰ ਵੀ, ਬੱਚਾ ਮਗਰ ਕੀ ਆ ਗਿਆ ਜੀ ਇਹਨਾਂ ਦਾ? ਇਹਦੇ ਮਗਰ ਕੱਟਾ ਜੀ। ਅੱਛਾ, ਇਹਦੇ ਮਗਰ ਵੀ ਕੱਟੀ ਆ? ਲਓ ਜੀ ਚੈੱਕ ਕਰੋ, ਆਹ ਦੋ ਅੱਖਾਂ ਬਿੱਲੀਆਂ ਮੱਥੇ ਵੱਲ, ਆਹ ਦੇਖੋ ਨੀਲੀ ਵਿੱਚ ਆਉਂਦੀ ਮੈਂ। ਚੁਆ ਚੂ ਵਧੀਆ, ਆ ਜਾਓ ਆ ਜਾਓ ਬੱਠੀ ਲੈ ਚਲੋ, ਮੱਝ ਕੋਈ ਵੀ ਨਹੀਂ ਮਾੜੀ ਹੈਗੀ। ਹਾਂਜੀ ਹਾਂਜੀ, ਬਸ ਠੀਕ ਆ ਜੀ। ਬੰਦ ਹੋ ਬਾਜੀ, ਬੰਦ ਹੋ। ਤੇ ਬਾਜੀ ਫਿਰ ਇਹਦੀ ਕੀਮਤ? ਇਹਦੀ ਕੀਮਤ 120 ਜੀ। ਹਾਂਜੀ, 1,10,000 ਦੀ ਦੇ ਦਾਂਗੇ, 1,10,000 ਦੀ ਹੋ ਜੂਗਾ ਮਾਨ ਤਾਂ ਪੂਰਾ। ਮਾਨ ਤਾਂ ਕਰਦਾ, ਚਲੋ ਠੀਕ ਆ। ਮਾਨ ਤਾਂ ਇਹਦਾ ਕਰ ਦਿਆ, 3,000 ਛੱਡ ਦਾਂਗੇ, ਕੋਈ ਆਊਗਾ ਤਾਂ ਹੋਰ ਕਰ ਦਾਂਗੇ। ਚਲੋ ਠੀਕ, ਠੀਕ ਆ। ਤੇ ਆਹਾ ਬਾਜੀ, ਦੁੱਧ 17 ਕਿਲੋ ਕਰੂਗੀ ਜੋ, ਠੀਕ ਹੈ ਜੀ, ਗਾਰੰਟੀ ਪੂਰੀ ਆ, ਠੀਕ ਆ। ਤੇ ਆਹਾ ਜੀ, ਇਹ ਹੈਗੀ ਜੀ ਤੀਜੀ ਸੂਈ। ਅੱਛਾ, ਇਹਨੂੰ ਅੱਜ 5 ਦਿਨ ਹੋ ਗਏ ਸੂਈ ਨੂੰ, ਠੀਕ ਆ। ਤੇ ਇਹਦੇ ਕੋਲ ਮੌਕੇ ਤੋਂ ਹੋਣਾ 13-14 ਕਿਲੋ ਬੋਲਾ, 13-14 ਕਿਲੋ ਇਸ ਟਾਈਮ ਬੋਲਾ ਹੀ ਆ। ਇਹ ਵੀ ਤੋਰੋ, ਆਹ ਦੇਖੋ ਜੀ, ਇਹ ਕੱਲ੍ਹ ਲਾਈਆਂ ਸੀ? ਹਾਂਜੀ ਕੱਲ੍ਹ ਲਾਈਆਂ, ਪਰਸੋਂ ਤੁਰੇ, 1 ਵਜੇ ਦੁਪਹਿਰੇ 1 ਵਜੇ ਤੇ ਕੱਲ੍ਹ 11 ਵਜੇ ਉੱਪਰੇ ਜੀ, ਠੀਕ ਆ। ਕੱਟੀ ਮਗਰ ਇਹਦੇ ਵੀ? ਅੱਛਾ, ਇਹਦੇ ਮਗਰ ਕੱਟਾ, ਆ ਜਾਓ ਬਸ ਲਿਆਓ।
ਥੋੜੇ ਖੁਰਾਂ ਦੀ ਪ੍ਰੋਬਲਮ ਆ ਨਾ ਖੁਰਾਂ ਦੇ ਕਰਕੇ ਲੈ ਠੀਕ ਹੈ ਚੁਆ ਚੋ ਵਧੀਆ ਬਿਲਕੁਲ ਹੈ ਭਾਜੀ ਚੁਆ ਵਧੀਆ ਬਿਲਕੁਲ ਸਾਰੀਆਂ ਮਈਆਂ ਹੀ ਸਾਫ ਆ ਤੇ ਕੋਈ ਠੀਕ ਹੈ ਜੀ ਠੀਕ ਆ ਇਹ ਜੀ ਕੋਈ ਪੂਰ ਛੱਡਾ ਨਹੀਂ ਹੈਗਾ ਮਾਣਾ ਚਲੋ ਬੰਦ ਹੋ ਜੀ ਇਹਨੂੰ ਵੀ ਤੇ ਭਾਜੀ ਫਿਰ ਇਹਦੀ ਕੀਮਤ ਆ ਇਹਦੀ ਕੀਮਤ ਹੈ 1.5 1.5 2000 ਛੱਡਾਂਗੇ ਪੂਰੇ ਲੱਖ ਦੀ ਪੂਰੇ ਲੱਖ ਦੀ ਦੇ ਦਾਂ ਛੋਟਾ ਕਰਨੀ ਹੈ ਦੋਸਤ ਚਲੋ ਚਲੋ ਠੀਕ ਹੈ ਤੇ ਆਹ ਹੈ ਜੀ ਇਹ ਦੁੰਦੀ ਝੋਟੀ ਜੀ ਦੋ ਦਾਂ ਦਾ ਹਾਂਜੀ ਦੁੱਧ ਕਿੰਨਾ ਜੀ ਹੁਣ ਮੌਕੇ ਦੇ ਕੋ 12-13 ਕਿਲੋ ਦੁੱਧ ਹੋਊਗਾ ਇਸ ਟਾਈਮ ਹਾਂਜੀ ਠੀਕ ਆ ਇਹ ਜੇ ਸਫਰ ਚੋਂ ਆਈਆਂ ਮਈਆਂ ਟੁੱਟੀਆਂ ਦੁੱਧ ਜ਼ਿਆਦਾ ਹੈ ਠੀਕ ਆ ਇਹ 15 ਕਿਲੋ ਚੋ ਐ ਥਲੇ ਅੱਛਾ ਹਾਂਜੀ ਲੋ ਜੀ ਇਹ 5 ਦਿਨੇ ਸੂਈ ਜੀ ਵੀ ਇਹ ਵੀ ਖੋਲੋ ਮੂੰਹ ਨੂੰ ਦੋ ਦਾਂ ਝੋਟੀ ਤੇ ਪੂਰੀ ਗੁੱਥੀ ਪਈ ਝੋਟੀ ਆ ਤੇ ਨਾਲੇ ਜੈਡ ਬਲੈਕ ਕਾਲੀ ਸ਼ਾ ਆ ਵੇਖੋ ਕਰਾ ਦੇ ਇਹ ਵੀ ਦੁੱਧ 17 ਕਿਲੋ ਕਰੂਗੀ 17 ਕਿਲੋ ਹਾਂਜੀ ਠੀਕ ਹੈ ਲੋ ਚੈੱਕ ਕਰੋ ਨਸਲ ਪੂਰੀ ਝੋਟੀ ਦੇ ਜੀ ਵਾਹ ਠੀਕ ਬੱਚਾ ਮਗਰ ਜੀ ਇਹਦੇ ਮਗਰ ਕੱਟਾ ਜੀ ਕੱਟਾ ਮਗਰ ਆ ਗਏ ਇਹਦੇ ਆ ਦੇਖੋ ਹਾਂਜੀ ਆ ਜਾਓ ਲਿਆਓ ਦਿਖਾ ਦਿਓ ਬਣਾ ਫਿਰ ਬਾਠੀ ਲੈ ਚਲੋ ਬਾਠੀ ਲੈ ਚਲੋ ਤਾਂ ਭਾਜੀ ਫਿਰ ਇਹਦੀ ਕੀਮਤ ਆ ਇਹਦੀ ਕੀਮਤ ਹੈਗੀ ਹੈ 1.20 ਹਾਂਜੀ 1.15 ਦੀ ਦੇ ਦਾਂਗੇ 1.15 ਦੀ 3 ਹੀ ਛੋੜ ਹੋਰ ਚਲੋ ਠੀਕ ਆ ਨਹੀਂ ਸੋਹਣੀ ਝੋਟੀ ਬਹੁਤ ਸੋਹਣੀ ਝੋਟੀ ਆ ਜੈਡ ਬਲੈਕ ਕਾਲੀ ਸ਼ਾ ਆ ਦੇਖ ਠੀਕ ਆ लो जी भी देखो हाँ माल सारा साफ ही लै गया है ਦੂਜਾ ਸੂ ਨਾ ਜੀ ਦੂਜਾ ਸੂ ਸੋਹਣੀ ਆ ਜੀ ਲਓ ਜੀ ਵੇਖੋ 10 ਦਿਨ ਪਏ ਜੀ ਘੱਟੋ ਘੱਟ ਆ ਵੇਖੋ ਆ ਜਾਓ ਦੰਦਾਂ ਵਿੱਚ ਹੀ ਆ ਕਿੰਨੇ ਦੰਦਾ 6 ਹੀ ਆ ਨਹੀਂ ਛੇ ਦਾ ਭਾਜੀ ਫਿਰ ਇਹਦੀ ਕੀਮਤ ਆ ਇੱਕ ਪੰਜ ਇਹ ਵੀ ਲੱਖ ਦੀ ਹੈ ਜੀ ਅੱਛਾ 2.5 ਲੱਖ ਦੀ ਠੀਕ ਆ ਚਲੋ ਤੇ ਇਹ ਭਾਜੀ ਇਹ ਵੀ ਕੱਪਣਾ ਹਾਂਜੀ ਇਸ ਟਾਈਮ ਠੀਕ ਆ ਇਹ ਵੀ ਖੋਲੋ 15 ਕਿਲੋ ਇਸ ਟਾਈਮ ਤਿਆਰ ਆ ਮਤਲਬ ਮੈਂ ਬੱਚਾ ਮਗਰ ਕੀ ਆ ਗਿਆ ਜੀ ਠੀਕ ਆ ਤੇ ਕਿੰਨੇ ਟਾਈਮ ਹੋ ਗਿਆ ਸੀ ਇਹਨੂੰ ਇਹਨੂੰ ਟਾਈਮ ਕਿੰਨਾ ਹੋ ਗਿਆ ਠੀਕ ਆ ਕਰ ਜੂ 20 ਕਿਲੋ ਜੀ ਇਹ ਆ ਜਾਓ ਲੈ ਚਲੋ ਤਾਂ ਭਾਜੀ ਫਿਰ ਇਹਦੀ ਕੀਮਤ ਆ ਹਾਂਜੀ 1.10 20 ਕਿਲੋ ਦੁੱਧ ਪੂਰਾ ਜੋਖ ਕੇ ਦੇਣਾ ਤੁਸੀਂ ਹਨਾ ਚਲੋ ਠੀਕ ਆ ਹਾਂਜੀ ਹਾਂਜੀ ਬਸ ਠੀਕ ਆ ਹਾਂਜੀ ਹਾਂਜੀ ਹਾਂ ਪਤਲੀ ਚਮੜੀ ਦੀਆਂ ਤੇ ਆਹ ਬਾਈ ਜੀ ਹਾਂਜੀ ਜਵਾਨ ਹੋਈ ਠੀਕ ਆ ਹਾਂਜੀ
ਤਿਆਰ ਕਰਕੇ ਲੋ ਜੀ 19 ਕਿਲੋ ਮੱਝ ਬਾਈ ਉਹਨਾਂ ਕਰੇ ਜੋਕ ਕੇ ਦੇਵਾਂਗੇ ਤਾਂ ਵੱਡੀ ਮੱਝ ਆ ਪੂਰੀ ਆ ਦੇਖੋ ਜੀ ਬੱਚਾ ਮਗਰ ਇਹਦੇ ਮਗਰ ਕੱਟਾ ਆ ਗਿਆ ਆ ਜਾਓ ਫਿਰ ਆ ਜਾਓ ਲਿਆਓ ਲਿਆ ਚੁਆ ਜੂ ਵਧੀਆ ਬਸ ਠੀਕ ਆ ਜੀ ਤੇ ਵੀਰ ਜੀ ਫਿਰ ਇਹਦੀ ਕੀਮਤ ਆ ਇੱਕ ਵੀਹ ਹਾਂਜੀ ਇੱਕ ਪੰਦਰਾਂ ਦੀ ਠੀਕ ਆ ਉੱਨੀ ਕਿਲੋ ਤਾਂ ਪੂਰਾ ਜੋਕ ਕੇ ਠੀਕ ਆ ਅੱਛਾ ਠੀਕ ਆ ਇਹਦੀ ਵੀ 22 ਕਿਲੋ ਦੀ ਗਰੰਟੀ ਆ ਅੱਛਾ ਹੁਣ ਤਿਆਰ ਦੁੱਧ ਹੈਗਾ ਮੁੱਕ ਦੇ ਜੇ ਇਹਦੇ ਥੱਲੇ 18 ਕਿਲੋ ਦੁੱਧ ਚੋਇਆ ਠੀਕ ਆ ਇਹਦੇ ਹੁਣ ਇਸ ਟਾਈਮ 15 16 16 ਕਿਲੋ ਦੁੱਧ ਪੱਕਾ ਹੋਊਗਾ ਪੱਕਾ ਹੋਊਗਾ ਹਾਂਜੀ ਇਹ ਦੂਜਾ ਸੂਈ ਸੂਈ ਜੇ ਦੁੱਧ ਬੜਾ ਮਈਆਂ ਸਲਾਹ ਹੈ ਭਾਈ ਜੀ ਹਾਂਜੀ ਮਈਆਂ ਸਾਰੀਆਂ ਵੱਡੀਆਂ ਲੈ ਰਹੀ ਹੈ ਕੋਈ ਛੋਟੇ ਉਧਰ ਹੈ ਹੀ ਨਹੀਂ ਡੰਗਰ ਕੋਈ ਮਾੜਾ ਠੀਕ ਆ ਚਲੋ ਕੋਈ ਨਹੀਂ ਆਪਾਂ ਪੂਰਾ ਕਰਕੇ ਦੇਵਾਂਗੇ ਨੇ ਜੀ ਲਓ ਜੀ ਵੇਖੋ ਵੱਡੀ ਝੋਟੀ ਜੀ ਇਹ ਵੀ ਆ ਦੇਖੋ ਕੱਟੀ ਆ ਗਈ ਮਰ ਹੈ ਮਗਰ ਕੱਟਾ ਹਾਂ ਸਹੀ ਗੱਲ ਹੈ ਜੀ ਆ ਦੇਖੋ ਆ ਜਾਓ ਕਮਾ ਲਿਓ ਜੀ ਆ ਜਾ ਹਾਂ ਕਾਲੀ ਸ਼ਾਹ ਬਸ ਠੀਕ ਚਲੋ ਲੈ ਚਲੋ ਲੈ ਚਲੋ ਹਾਂਜੀ ਪੰਜ ਮਿੰਟ ਹਾਂਜੀ ਭਾਜੀ ਫਿਰ ਇਹਦੀ ਕੀਮਤ ਆ ਇੱਕ ਵੀਹ ਇੱਕ ਪੰਦਰਾਂ ਹੀ ਹਾਂ ਨਾ ਬਸ ਠੀਕ ਆ ਜਿਹੜੀ ਕੱਚੀ ਸੀ ਹਾਂਜੀ ਤੇ ਇਹ ਸਾਈ ਪਾਈ ਉਹ ਵੀਰ ਆਇਆ ਨਹੀਂ ਲੈਣ ਹਾਂਜੀ ਦੁੱਧ ਕਿੰਨਾ ਜੀ 8 ਕਿਲੋ ਮੌਕੇ ਦੇ ਹੈਗਾ ਅੱਛਾ ਜੀ ਲੋਕਲ ਆ ਆ ਜਾਓ ਤੇ ਫਿਰ ਇਹਦੀ ਕੀਮਤ ਉਦਾਂ ਤੇ ਕੀਮਤ ਇਹਦੀ ਪਾਈ ਜ਼ਿਆਦੀ ਹੋਣ ਆਪਾਂ ਆਣਾ ਜਿਹੜੀ 62000 ਦੀ ਦੇ 62000 ਦੀ 60 ਦੇ ਦੋ ਪੂਰੇ ਛੱਡ ਦੋ ਪੂਰੇ 60 ਚਲੋ ਆ ਦੇਖੋ ਜੀ ਬੱਚੇ ਆ ਗਏ ਇਹਨਾਂ ਦੇ ਆ ਦੇਖੋ ਤਾਜ਼ੇ ਬੱਚੇ ਬਿਲਕੁਲ ਤੇ ਬਸ ਆਹੀ ਮੱਝਾਂ ਬਾਈ ਜੀ ਦੇਖੋ ਜੀ ਆਹ ਮੱਝਾਂ ਬਾਈਆਂ ਕੋਲ ਮੇਰਾ ਵੀ ਫਿਰ ਵੀ ਚੈੱਕ ਕਰਕੇ ਚੁਆਈ ਕਰਕੇ ਠੀਕ ਹੈ ਜੀ ਔਰ ਪੂਰੀ ਤਸੱਲੀ ਲੈ ਕੇ ਜਾਏ ਹਨਾ ਬਾਈ ਜੀ ਕੋਈ ਮੱਝ ਭੂਖੇਟ ਵਾਲੀ ਕੋਈ ਨਹੀਂ ਹੁੰਦੀ ਹਾਂਜੀ ਕੋਈ ਮੱਝ ਟੈਟ ਨਹੀਂ ਗੀ ਠੀਕ ਆ ਸਾਰੀਆਂ ਮਈਆਂ ਪੋਲੀਆਂ ਨੂੰ ਠੀਕ ਆ ਚਲੋ ਜਿਹੜੀ ਮੱਝੀ ਮਈ ਚਵਾ ਲੈ ਠੀਕ ਆ ਬਾਈ ਜੀ ਠੀਕ ਆ ਬੋਲੋ ਫਿਰ ਤਸੱਲੀ ਕਰੇ ਦੋ ਟਾਈਮ ਹਾਂਜੀ ਚੁਆਈ ਕਰਕੇ ਬਿਲਕੁਲ ਜੀ ਹਾਂਜੀ ਲੀਵਰ ਜ਼ਿਲ੍ਹਾ ਹੈਗਾ ਆਪਣਾ ਅੰਮ੍ਰਿਤਸਰ ਹਾਂਜੀ ਤਹਿਸੀਲ ਵੀ ਅੰਮ੍ਰਿਤਸਰ ਠੀਕ ਆ ਨੰਗਲੀ ਫਤਿਹਗੜ੍ਹ ਚੂੜੀਆਂ ਰੋਡ ਹਾਂਜੀ ਤੇ ਪਹਿਲੀ ਵੀਡੀਓ 'ਚ ਵੀਰਾਂ ਨੇ ਪਿਆਰ ਬੜਾ ਦਿੱਤਾ ਹਾਂਜੀ ਜੀ ਤੇ ਮਹਾਰਾਜ ਕਿਰਪਾ ਕਰੇ ਸਾਰੇ ਵੀਰ ਰਾਜੀ ਖੁਸ਼ੀ ਦਾ ਚਲੋ ਠੀਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ